ਹਰ ਜੇਬ ਦੋ ਭਰਾ ਰੁੱਸ ਗਏ ਆ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਦੀ ਮਿਲਣ ਨਾ, ਜਿਹੜੀ ਗੱਲ ਆ ਕੀ ਪੂਰਾ ਮਾਮਲਾ ਆਇਆ ਸਰ ਇਸ ਤਰ੍ਹਾਂ ਉਹ ਆਰੋਪ ਲਗਾਇਆ ਜਾ ਰਿਹਾ ਪੁਲਿਸ ਤੇ ਸਰ ਕਿਉਂ ਇਹ ਸਾਰੀ ਮਤਲਬ ਇਹ ਹੰਗਾਮਾ ਖੜਾ ਹੋ ਰਿਹਾ ਆਰੋਪ ਲਗਾਇਆ ਜਾ ਰਿਹਾ ਪੁਲਿਸ ਤੁਹਾਡੇ ਸਾਹਮਣੇ ਉਹਨਾਂ ਨੇ ਆਰੋਪ ਲਾਏ ਨੇ ਤੁਹਾਡੇ ਤੁਹਾਡੇ ਇਹ ਸਾਡੇ ਹੋਰ ਵੀ ਆ ਰਹੇ ਨੇ ਬੰਦੇ, ਇਹ ਤੁਹਾਨੂੰ ਪਤਾ ਜਾਊਗਾ ਲੱਗ ਵੀ ਧੱਕੇਸ਼ਾਹੀ ਕਿਸ ਤਰ੍ਹਾਂ ਹਰੀਦੀ ਆ। ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਦੀਆਂ, ਜਿੱਥੇ ਕਿ ਵੱਡਾ ਹੰਗਾਮਾ ਦੇਖਣ ਨੂੰ ਮਿਲ ਰਿਹਾ। ਕੁਛ ਲੋਕਾਂ ਵੱਲੋਂ ਜਿਹੜੇ ਥਾਣੇ ਦੇ ਮੁੱਖ ਦਵਾਰ ਤੇ ਬੈਠ ਕੇ ਹੰਗਾਮਾ ਕੀਤਾ ਜਾ ਰਿਹਾ, ਰਸਤਾ ਬਲੋਕ ਕੀਤਾ ਗਿਆ, ਪੁਲਿਸ ਦੀ ਗੱਡੀ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਕੀ ਕਾਰਨ ਬਣਿਆ ਜ਼ਰੂਰ ਜਾਣਨਾ ਜ਼ਰੂਰੀ ਹੈ। ਉੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ, ਇਹ ਪੂਰਾ ਮਾਮਲਾ ਕੀ ਹੈ ਜਾਣਨਾ ਜ਼ਰੂਰੀ ਬਣ ਜਾਂਦਾ, ਕਿਉਂਕਿ ਕੋਈ ਮਸਲਾ ਜਿਹੜਾ ਇਸ ਤਰੀਕੇ ਦਾ ਭੱਖ ਗਿਆ ਕਿ ਜਿਹੜੇ ਲੋਕ ਨੇ ਇਸ ਤਰੀਕੇ ਨਾਲ ਥਾਣੇ ਦਾ ਖਰਾਬ ਕਰਕੇ ਬੈਠ ਗਏ, ਪੁਲਿਸ ਦੀ ਗੱਡੀ ਨਹੀਂ ਬਾਹਰ ਦਿੱਤੀ ਆਉਣ ਜਾ ਰਹੀ। ਭਾਜੀ ਕੀ ਪੂਰਾ ਮਾਮਲਾ ਹੈ ਜੀ? ਦੇਖੋ ਜੀ, ਇੱਕ ਪਰਚਾ ਦਰਜ ਹੋਇਆ ਸੀ ਸਮਾਜ ਦੀ ਕੁਛ ਗਤੀਵਿਧੀਆਂ ਨੂੰ ਲੈ ਕੇ ਦੋ ਪਾਰਟੀਆਂ ਦੇ ਵਿੱਚ ਪਾੜ ਹੋਇਆ ਸੀ। ਚਲੋ ਸਮਾਜ ਦੀਆਂ ਦੋਨੋਂ ਪਾਰਟੀਆਂ ਨੂੰ ਸਮਝਾ ਦਿੱਤਾ ਗਿਆ ਅਤੇ ਤੀਸਰੀ ਪਾਰਟੀ ਜਿਹੜੀ ਆ ਵਿੱਚ ਉਹ ਸਮਾਜ ਦੀ ਲੜਾਈ ਦੇ ਵਿੱਚ ਲੁਪਤ ਲੈਣਾ ਚਾਹੁੰਦੀ ਸੀ ਅਤੇ ਉਹਨੇ ਕੀ ਕੀਤਾ, ਜਦੋਂ ਅਵੇਲੇਬਲ ਧਾਰਾਂ ਸੀ ਆਪਣੇ ਅਫਸਰ ਸਾਹਿਬਾਨ ਨੇ ਵੀ ਉਹਨਾਂ ਨੂੰ ਬੇਲ ਦੇ ਦਿੱਤੀ। ਉਸ ਤੋਂ ਬਾਅਦ ਕੀ ਹੁੰਦਾ ਕਿ ਭਾਈ ਸਾਹਿਬ ਤੀਸਰੀ ਪਾਰਟੀ ਦਾ ਪਤਾ ਨਹੀਂ ਕਿਸ ਪਾਰਟੀ ਦਾ ਪ੍ਰੈਸ਼ਰਾਈਜ਼ ਹੈਗਾ ਅਤੇ ਉਹ 'ਤੇ ਪ੍ਰੀਵੈਂਟਿਵ ਐਕਸ਼ਨ ਦੇ ਦਿੱਤਾ ਜਾਂਦਾ। ਅਤੇ ਮਾਮਲਾ ਸੀ ਕਿ ਪਿਛਲੇ ਦਿਨੀ ਤੁਸੀਂ ਫੇਸਬੁੱਕ 'ਤੇ ਵਾਲਮੀਕਿ ਭਾਈਚਾਰੇ ਦੀ ਲੜਾਈ ਦੇਖਦੇ ਪਏ ਸੀ ਤਾਂ ਉਹ ਵਾਲਮੀਕਿ ਭਾਈਚਾਰੇ ਦੇ ਜਿੰਨੇ ਵੀ ਸੂਝਵਾਨ ਵਿਅਕਤੀਆਂ ਨੇ ਉਹ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਇੱਕ ਤੀਸਰੀ ਧੜਾਂ ਦੀ ਆ, ਉਹ ਇੱਕ ਧਿਰ ਦਾ ਸਹਿਯੋਗ ਲੈਂਦੀ ਆ ਅਤੇ ਔਰ ਦੂਜੀ ਧਿਰ 'ਤੇ ਪਰਚਾ ਕਰਾ ਜਾਂਦੀ ਆ। ਜਦੋਂ ਪਰਚਾ ਦਰਜ ਹੁੰਦਾ ਆ ਅਤੇ ਬਾਅਦ ਦੇ ਵਿੱਚ ਕੱਲ੍ਹ ਰੇਟ ਮਾਰੀ ਜਾਂਦੀ ਆ, ਰੇਟ ਦੇ ਵਿੱਚ ਸਿਮਰਨ ਭੈਣ ਨੂੰ ਅਰੈਸਟ ਕਰ ਲਿੱਤਾ ਜਾਂਦਾ, ਰਾਤ ਦਾ ਇੱਥੇ ਰੱਖਿਆ ਗਿਆ ਸਿਮਰਨ ਭੈਣ ਨੂੰ। ਅਤੇ ਜਦਕਿ ਅਵੇਲੇਬਲ ਧਾਰਾਂ ਹੈਗੀਆਂ ਸੀ, ਚਲੋ ਤੁਸੀਂ ਆਪਣੇ ਡੀ ਏ ਕੋ ਸਲਾਹ ਵੀ ਲੈ ਸਕਦੇ ਸੀ ਕਿ ਅਵੇਲੇਬਲ ਧਾਰਾਂ ਕਿਸੇ ਧੀ ਨੂੰ ਇੱਥੇ ਰੱਖਣ ਲਈ ਤੁਸੀਂ ਡੀ ਏ ਦੀ ਸਲਾਹ ਲੈਂਦੇ ਅਤੇ ਅਵੇਲੇਬਲ ਧਾਰਾਂ ਸੀ ਬੇਲ ਲੈ ਕੇ ਛੱਡ ਦਿੰਦੇ। ਹੁਣ ਕਿੰਨਾ ਕੁ ਪ੍ਰੈਸ਼ਰਾਈਜ਼ ਹੈਗਾ ਕਿ ਬੇਲ ਵੀ ਲੈ ਲਈ ਤੁਸੀਂ ਭਾਈ ਸਾਹਿਬ, ਉਸ ਤੋਂ ਬਾਅਦ 57 ਵੀ ਮਤਲਬ ਕਿ ਤੁਹਾਨੂੰ ਸ਼ਰੇਆਮ ਹੈਗਾ ਕਿ ਕੋਈ ਵੀ ਧੀ ਭੈਣ ਜੇ ਵਾਲਮੀਕਿ ਭਾਈਚਾਰੇ ਦੀ ਆ ਜੋ ਉਹਨੂੰ ਧੀ ਭੈਣ ਨੂੰ ਅੰਦਰ ਦੇਣਾ ਹੀ ਦੇਣਾ ਆ, ਕਿ ਇਹ ਪੂਰੀ ਮੰਸ਼ਾ ਜਿਹੜੀ ਆ ਪ੍ਰਸ਼ਾਸਨ ਦੀ ਕਲੀਅਰ ਹੈਗੀ ਆ। ਇਸ ਦੇ ਨਾਲ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਕਿ ਇਸ ਨਾਲ ਸਮਾਜ ਦੇ ਵਿੱਚ ਪਾੜ ਹੀ ਵਧੇਗਾ। ਦੋਵੇਂ ਧਿਰਾਂ ਨੂੰ ਆਪਾਂ ਬੜਾ ਕੋਸ਼ਿਸ਼ ਕਰਦੇ ਹਾਂ ਕਿ ਜੋੜ ਦਈਏ ਯਾਰ, ਜੇ ਦੋ ਭਰਾ ਰੁੱਸ ਗਏ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਦੀ ਮਿਲਣ ਨਾ, ਜਿਹੜੀ ਗੱਲ ਆ ਜੇ ਇਸ ਦੀ ਅਰੈਸਟ ਪੈਂਦੀ ਆ ਜਾਏ ਉਹ 'ਚ ਜਾਂਦੀ 57 'ਚ ਅੰਦਰ ਜਾਂਦੀ ਹੈ ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਕਿਤਨਾ ਬਲਬਲਾ ਉੱਠੇਗਾ ਕਿ ਮੈਂ ਨਜਾਇਜ਼ ਹੀ ਅੰਦਰ ਗਈ ਸੀ। ਲੜਾਈ ਕਾਫੀ ਵੱਡੀ ਬਣ ਗਈ ਸੀਗੀ, ਇਹ ਧਿਰਾਂ ਦੀ ਸਮਾਜਿਕ ਲੜਾਈ ਬਣ ਗਈ ਸੀਗੀ, ਉਦੋਂ ਪੁਲਿਸ ਮੁਲਾਜ਼ਮ ਵੀ ਵਿੱਚ ਇਨਵੋਲਵ ਹੋਏ, ਲੇਕਿਨ ਲੱਗਦਾ ਨਹੀਂ ਉਸ ਲੜਾਈ ਨੂੰ ਠੰਡਾ ਕਰ ਦੇਣਾ ਚਾਹੀਦਾ, ਹੁਣ ਗੱਲ ਖਤਮ ਕਰਨੀ ਚਾਹੀਦੀ। ਮੈਂ ਤਾਂ ਉਹੀ ਗੱਲ ਕਰ ਰਿਹਾ ਕਿ ਸਮਾਜਿਕ ਜਿਹੜੀਆਂ ਗਤੀਵਿਧੀਆਂ ਨੂੰ ਠੰਡਾ ਕਰਨ ਲਈ ਬੜੇ ਸੂਝਵਾਨ ਵਿਅਕਤੀ ਲੱਗੇ ਸੀ, ਲੇਕਿਨ 57 ਜਿਹੜੀ ਆ ਉਹ ਧਾਰਾ ਜਿਹੜੀ ਆ ਬੂਮ ਕ੍ਰੀਏਟ ਕਰ ਰਹੀ ਆ ਕਿ ਦੋਨਾਂ ਧਾਰਾਂ ਦੇ ਵਿੱਚ ਪਾੜ ਹੀ ਪਿਆ ਰਹੇ, ਕਿ ਦੋਨੋਂ ਪਰਿਵਾਰ ਆਪਸ 'ਚ ਮਿਲ ਨਾ ਪਾਣ। ਇੱਦਾਂ ਰਿਹਾ ਕੀਤਾ ਜਾਂਦਾ ਫਿਰ ਕੀ ਉਸ ਤੋਂ ਬਾਅਦ ਕੀਤਾ ਜਾਏਗਾ? ਦੇਖੋ ਜੀ, ਨਹੀਂ ਰਿਹਾ ਕੀਤਾ ਜਾਂਦਾ। ਉਹਦਾ ਪਰਿਵਾਰ ਬੈਠਾ ਜੀ, ਉਹਦਾ ਹਸਬੈਂਡ ਬੈਠਾ ਹੈ ਬਾਹਰ ਧਰਨੇ 'ਤੇ ਲਾ ਕੇ, ਉਹ ਪੁੱਛ ਰਿਹਾ ਕਿ 57 ਕਿਸ ਬਿਹਾਵ ਦੇ ਦਿੱਤੇ ਦਿੱਤੀ ਗਈ, ਇਹ ਚੀਜ਼ ਉਹਨਾਂ ਨੂੰ ਪੁੱਛੀ ਜਾਵੇ। ਸਰ ਕੀ ਪੂਰਾ ਮਾਮਲਾ ਆਇਆ ਸਰ ਇਸ ਤਰ੍ਹਾਂ ਉਹ ਆਰੋਪ ਲਗਾਇਆ ਜਾ ਰਿਹਾ ਪੁਲਿਸ 'ਤੇ? ਸਰ ਕਿਉਂ ਇਹ ਸਾਰੀ ਮਤਲਬ ਇਹ ਹੰਗਾਮਾ ਖੜਾ ਹੋ ਰਿਹਾ, ਆਰੋਪ ਲਗਾਇਆ ਜਾ ਰਿਹਾ ਪੁਲਿਸ ਤੁਹਾਡੇ ਸਾਹਮਣੇ, ਉਹਨਾਂ ਨੇ ਆਰੋਪ ਲਾਏ ਨੇ ਤੁਹਾਡੇ? ਤੁਹਾਡੀ ਗੱਡੀ ਕਿਉਂ ਰੋਕੀ ਜਾ ਰਹੀ ਹੈ? ਥਾਣੇ ਤੋਂ ਬਾਹਰ ਨਹੀਂ ਨਿਕਲਣ ਜਾ ਰਹੀ ਫਰੰਟ ਗੇਟ ਦੇ? ਸਰ ਫਰੰਟ ਗੇਟ ਦੇ ਤੁਹਾਡੇ ਥਾਣੇ ਦੇ ਬੈਠੇ ਨੇ, ਤੁਹਾਨੂੰ ਨਿਕਲਣ ਨਹੀਂ ਦੇ ਰਹੇ ਪੁਲਿਸ ਦੇ ਉੱਪਰ ਇਸ ਤਰੀਕੇ ਨਾਲ ਜਿਹੜੀ ਰੋਕ ਲਗਾਈ ਜਾ ਰਹੀ ਹੈ, ਕੀ ਪੂਰਾ ਮਾਮਲਾ ਕੀ ਹੋਇਆ? ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਚੁੱਪੀ ਸਾਧ ਲਿੱਤੀ ਗਈ ਹੈ, ਇੱਥੇ ਸਵਾਲ ਖੜੇ ਹੁੰਦੇ ਨੇ, ਸ਼ਾਇਦ ਪੁਲਿਸ ਨੂੰ ਕਿਸੇ ਤਰੀਕੇ ਦਾ ਡਰ ਹੈ ਜਿਹੜਾ ਮੀਡੀਆ ਦੇ ਅੱਗੇ ਰਾਬਤਾ ਨਹੀਂ ਕਰਨਾ ਚਾਹੁੰਦੇ, ਜਾਂ ਕੀ ਪੁਲਿਸ ਮੁਲਾਜ਼ਮਾਂ ਨੂੰ ਇਸਾ
ਕੀ ਗੱਲ ਹੋਈ ਹੈ ਕਿ ਜਿਹੜਾ ਕੋਈ ਜਵਾਬ ਹੀ ਨਹੀਂ ਦੇ ਰਹੇ, ਕੀ ਲੱਗਦਾ ਇਸ ਦੇ ਵਿੱਚ ਪੁਲਿਸ ਨੂੰ ਕਿਉਂ ਨਹੀਂ ਜਿਹੜਾ ਜਵਾਬ ਦਿੱਤਾ ਜਾਂਦਾ? ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਵਕਤ ਗ੍ਰਿਫਤ ਦੇ ਵਿੱਚ ਆਪਣੇ ਰੱਖਿਆ ਹੋਇਆ ਔਰਤ ਨੂੰ ਅਤੇ ਗੱਡੀ ਦੇ ਵਿੱਚ ਬਿਠਾਇਆ ਅਤੇ ਲੋਕਾਂ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਅਤੇ ਪੁਲਿਸ ਮੁਲਾਜ਼ਮ ਇਸ ਤਰੀਕੇ ਨਾਲ ਚੁੱਪੀ ਸਾਧ ਕੇ ਬੈਠੇ ਨੇ, ਕੋਈ ਵੀ ਜਿਹੜਾ ਉਹਨਾਂ ਵੱਲੋਂ ਬਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਸ ਤਰੀਕੇ ਦਾ ਮਾਮਲਾ ਹੋਇਆ ਕਿ ਪੁਲਿਸ ਜਿਹੜੀ ਹੁਣ ਮੀਡੀਆ ਦੇ ਨਾਲ ਰਾਬਤਾ ਕਰਨ ਤੋਂ ਵੀ ਡਰੀ ਹੈ। ਪੂਰਾ ਮਾਮਲਾ ਅਜੇ ਇੱਕ ਵਾਰ ਫਿਰ ਜਾਣ ਲੈਂਦੇ ਹਾਂ ਕੀ ਭਾਜੀ ਪੂਰਾ ਚੱਲ ਰਿਹਾ ਸਿਸਟਮ, ਆਪਾਂ ਦੇਖ ਰਹੇ ਹਾਂ ਪੁਲਿਸ ਮੁਲਾਜ਼ਮ ਵੀ ਕੋਈ ਆਪਣਾ ਬਿਆਨ ਨਹੀਂ ਦੇਣਾ ਚਾਹੁੰਦੇ, ਬਿਆਨ ਨਹੀਂ ਦੇ ਰਹੇ ਇਸ ਤਰੀਕੇ ਨਾਲ ਤੁਸੀਂ ਗੱਡੀ ਘੇਰੀ ਪੁਲਿਸ ਮੁਲਾਜ਼ਮ ਦੀ? ਗੱਡੀ ਅਸੀਂ ਇਸ ਕਰਕੇ ਘੇਰੀ ਆ ਕਿ ਉਹ ਜਿਹੜੀ ਸਿਮਰਨ ਹੈ ਉਹਦੀ ਜ਼ਮਾਨਤ ਹੋ ਗਈ ਹੈਗੀ ਆ, ਮਰੀ ਜ਼ਮਾਨਤ ਹੋਣ ਦੇ ਬਾਵਜੂਦ ਇਹ ਉਹਦੀ ਵੱਖਰਾ ਇੱਕ 57 ਦੇ ਪਰਚਾ ਕੱਟਦੇ ਪਏ ਨੇ ਮਰ, ਲੇਕਿਨ ਇਹ ਗਲਤ ਗੱਲ ਹੈਗੀ ਆ। ਇਹ ਧੱਕਾ ਅਸੀਂ ਹੁਣ ਨਹੀਂ ਦੇਣਾ, ਚਾਹੇ ਉਹ ਜੋ ਮਰਜ਼ੀ ਹੋ ਜਾਵੇ, ਇਹ ਧੱਕੇਸ਼ਾਹੀ ਜਿਹੜੀ ਹੈ ਪੁਲਿਸ ਕਰਦੀ ਪਈ ਆ, ਉਹ ਅਸੀਂ ਇਹਨਾਂ ਦੀ ਚੱਲਣ ਨਹੀਂ ਦੇਣੀ। ਇਹ ਸਾਡੇ ਹੋਰ ਵੀ ਆ ਰਹੇ ਨੇ ਬੰਦੇ, ਇਹ ਤੁਹਾਨੂੰ ਪਤਾ ਜਾਊਗਾ ਅਲੱਗ ਵੀ ਧੱਕੇਸ਼ਾਹੀ ਕਿਸ ਤਰ੍ਹਾਂ ਹਰੀਦੀ ਆ। ਧੱਕੇਸ਼ਾਹੀ ਕਿੱਦਾਂ ਜੇ ਹੱਲ ਨਹੀਂ ਕੱਢਦੇ, ਹੁਣ ਵੀ ਪੁਲਿਸ ਮੁਲਾਜ਼ਮਾਂ ਨੇ ਗੱਲਬਾਤ ਕੀਤੀ, ਕੋਈ ਬਿਆਨ ਵੀ ਨਹੀਂ ਦੇ ਰਹੇ, ਫਿਰ ਜੇ ਇਸ ਤਰੀਕੇ ਨਾਲ ਹੱਲ ਨਹੀਂ ਕੱਢਿਆ ਜਾਂਦਾ ਫਿਰ ਗੱਲ ਕਿੱਥੇ ਤੱਕ ਜਾਏਗੀ? ਗੱਲ ਜੀ ਦੇਖੋ, ਫਿਰ ਧਰਨਾ ਪ੍ਰਦਰਸ਼ਨ ਸਾਡੇ ਬੰਦੇ ਆ ਰਹੇ ਆ, ਫਿਰ ਅਸੀਂ ਪੂਰੇ ਉਹਦੀ ਤਰ੍ਹਾਂ ਥਾਣਾ ਵੀ ਘੇਰਾਂਗੇ। ਉਹ ਵੀ ਇੱਥੇ ਮੁਲਾਜ਼ਮ ਮੌਜੂਦ ਨੇ, ਕਿਉਂ ਜਿਹੜੀ ਪੁਲਿਸ ਦੀ ਗੱਡੀ ਦਾ ਘਿਰਾਵ ਕੀਤਾ ਗਿਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੇ ਮੁਲਾਜ਼ਮ ਨੇ ਤਾਂ ਚੁੱਪੀ ਸਾਧ ਲਈ ਸੀ, ਹੁਣ ਜਾਣਨਾ ਹੋਏਗਾ ਕਿ ਹੋਰ ਜਿਹੜੇ ਮੁਲਾਜ਼ਮ ਨੇ ਕੀ ਪ੍ਰਤੀਕਿਰਿਆ ਦਿੰਦੇ ਨੇ। ਸਰ, ਵਾਲਮੀਕੀ ਸਮਾਜ ਵੱਲੋਂ ਆਰੋਪ ਲਗਾਏ ਜਾ ਰਿਹਾ ਕਿ ਰਿਹਾ ਨਹੀਂ ਕੀਤਾ ਜਾ ਰਿਹਾ ਜਮਾਨਤ ਹੋਣ ਤੋਂ ਬਾਅਦ, ਪੂਰਾ ਮਾਮਲਾ ਕੀ ਹੋਇਆ? SSO ਸਾਹਿਬ ਆਉਂਦੇ ਆ, ਤੁਹਾਨੂੰ ਦੱਸਦੇ ਸਾਰੀ ਗੱਲ ਯਾਰ। ਪਰ ਕਿਉਂ ਸਰ ਪੁਲਿਸ ਦੇ ਸਾਹਮਣੇ, ਤੁਹਾਡੇ ਸਾਹਮਣੇ ਆਰੋਪ ਲਗਾਇਆ, ਪਹਿਲਾਂ ਵੀ ਮੁਲਾਜ਼ਮ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਹਿੰਦੇ ਜਮਾਨਤ ਹੋ ਗਈ ਹੈ, ਹਜੇ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਕੀ ਪੂਰਾ ਮਾਮਲਾ ਕੀ ਹੋਇਆ, ਗੱਲ ਕਿੱਥੋਂ ਸ਼ੁਰੂ ਹੋਈ? ਬਿਲਕੁਲ, ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ 'ਤੇ ਜਿਹੜਾ ਹਜੇ ਨਹੀਂ ਦੱਸਿਆ ਜਾ ਰਿਹਾ, ਲੇਕਿਨ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਕਿਉਂ ਇਸ ਤਰੀਕੇ ਨਾਲ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਘੇਰਿਆ ਗਿਆ, ਕਿਉਂ ਇਸ ਤਰੀਕੇ ਨਾਲ ਜਿਹੜੇ ਲੋਕ ਬੈਠੇ ਨੇ, ਅਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਅਤੇ ਪੁਲਿਸ ਮੁਲਾਜ਼ਮ ਦੀ ਨਾਕਾਮੀ ਹੈ, ਪੁਲਿਸ ਦੀ ਨਾਕਾਮੀ ਹੈ ਕਿ ਹਜੇ ਤੱਕ ਜਿਹੜੀ ਜਮਾਨਤ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ, ਵੱਡੇ ਸਵਾਲ ਅਤੇ ਵੱਡੇ ਆਰੋਪ ਲਗਾਏ ਜਾ ਰਹੇ ਨੇ ਸਮਾਜ ਵੱਲੋਂ, ਅਤੇ ਇਸ ਤਰੀਕੇ ਨਾਲ ਜਿਹੜਾ ਸਿਵਲ ਲਾਈਨ ਸਥਾਨ ਹੈ ਅੰਮ੍ਰਿਤਸਰ ਦੇ ਵਿੱਚ ਉਹਦਾ ਘਿਰਾਵ ਕੀਤਾ ਗਿਆ। ਸੋ ਕਿੱਥੇ ਜਾ ਕੇ ਗੱਲ ਮੁੱਕਦੀ ਹੈ ਵੀ ਦੇਖਣਾ ਹੋਵੇਗਾ ਕਿ ਹਜੇ ਕਿੰਨੇ ਕੁ ਮੋੜ ਇਸ ਕਹਾਣੀ ਦੇ ਵਿੱਚ ਆਉਣੇ ਬਾਕੀ ਨੇ। ਪਹਿਲਾਂ ਵੀ ਵਾਲਮੀਕੀ ਸਮਾਜ ਵੱਲੋਂ ਅੰਮ੍ਰਿਤਸਰ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀਗੀ, ਪੁਲ ਜੰਮ ਕਰਨ ਦੀ ਗੱਲ ਕੀਤੀ ਗਈ ਸੀਗੀ, ਵਿਵਾਦ ਵੱਡਾ ਪੱਕਿਆ ਸੀਗਾ, ਹੁਣ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਇਹ ਦੇਖਣਾ ਹੋਵੇਗਾ। ਤੁਸੀਂ ਦੇਖਦੇ ਹੋ ਲਾਈਵ ਭਾਰਤ, ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ।